ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਰਕਾਰ ਦੇ ਵੱਲੋਂ ਝਟਕਾ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਬੁਰੀ ਖਬਰ ਹੈ ਕਿ ਹੁਣ ਸਟੂਡੈਂਟ ਵੀਜ਼ਾ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਤੇ ਸਟੂਡੈਂਟ ਵੀਜ਼ਾ 35% ਘਟਾ ਦਿੱਤੇ ਗਏ ਨੇ। ਇੰਨਾ ਹੀ ਨਹੀਂ, ਅਗਲੇ ਸਾਲ ਇਹ ਕਟੌਤੀ ਹੋਰ ਵੀ ਵਧਾਈ ਜਾਏਗੀ, ਯਾਨੀ ਕਿ ਸਾਲ 2025 ਦੇ ਵਿੱਚ ਸਟੂਡੈਂਟ ਵੀਜ਼ਾ 45% ਤੱਕ ਘਟਾ ਦਿੱਤੇ ਜਾਣਗੇ ਅਤੇ ਕੁਝ ਸਟੂਡੈਂਟਸ ਨੂੰ ਹੀ ਇਹ ਵੀਜ਼ਾ ਦਿੱਤਾ ਜਾਏਗਾ। ਇਸ ਨੂੰ ਲੈ ਕੇ ਜਸਟਿਨ ਟਰੂਡੋ ਦੇ ਵੱਲੋਂ ਐਲਾਨ ਕੀਤਾ ਗਿਆ ਹੈ, ਨਾਲ ਹੀ ਇਸ ਦਾ ਕਾਰਨ ਵੀ ਦੱਸਿਆ ਗਿਆ ਹੈ ਕਿ ਆਖਿਰ ਸਟੂਡੈਂਟ ਵੀਜ਼ਾ ਦੇ ਵਿੱਚ ਕਟੌਤੀ ਕਿਉਂ ਕੀਤੀ ਜਾ ਰਹੀ ਹੈ, ਕਿਉਂ ਇਹਨਾਂ ਦੀ ਪਰਸੈਂਟੇਜ ਘਟਾਈ ਜਾ ਰਹੀ ਹੈ। ਉਹਨਾਂ ਦੇ ਕਹਿਣਾ ਹੈ ਕਿ ਇਮੀਗ੍ਰੇਸ਼ਨ ਉਹਨਾਂ ਦੀ ਆਰਥਿਕਤਾ ਦਾ ਵੱਡਾ ਹਿੱਸਾ ਆ ਤੇ ਕੁਝ ਬੁਰੇ ਅਨਸਰ ਇਸ ਸਿਸਟਮ ਦਾ ਫਾਇਦਾ ਚੁੱਕ ਰਹੇ ਨੇ। ਇੰਨਾ ਹੀ ਨਹੀਂ, ਸਟੂਡੈਂਟ ਤੋਂ ਇਲਾਵਾ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਵੀ ਕੈਨੇਡਾ ਦੇ ਵਿੱਚ ਘਟਾਈ ਜਾ ਰਹੀ ਹੈ। ਟਰੂਡੋ ਦਾ ਕਹਿਣਾ ਹੈ ਕਿ ਵਿਦੇਸ਼ੀ ਕਾਮਿਆਂ ਲਈ ਕੰਮ ਕਰਨ ਦੀ ਮਿਆਦ ਅਸੀਂ ਘਟਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਲੇਬਰ ਮਾਰਕੀਟ ਵੀ ਬਦਲ ਗਈ ਹੈ। ਟਰੂਡੋ ਨੇ ਨਾਲ ਇਹ ਵੀ ਕਿਹਾ ਕਿ ਸਾਨੂੰ ਅਜਿਹੇ ਬਿਜ਼ਨਸ ਦੀ ਲੋੜ ਹੈ ਜੋ ਕੈਨੇਡੀਅਨ ਕਾਮਿਆਂ 'ਚ ਨਿਵੇਸ਼ ਕਰੇ। ਜੀ ਹਾਂ, ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤਾਂ ਝਟਕਾ ਦਿੱਤਾ ਹੈ, ਨਾਲ ਹੀ ਇੱਥੇ ਵਿਦੇਸ਼ੀ ਕਾਮਿਆਂ ਦੇ ਲਈ ਵੀ ਇਹ ਬੁਰੀ ਖਬਰ ਹੈ ਕਿ ਉਹਨਾਂ ਦੀ ਮਿਆਦ ਵੀ ਘਟਾਈ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਇਹ ਸੰਖਿਆ 10% ਹੋਰ ਘਟੇਗੀ, ਯਾਨੀ ਕਿ ਹੁਣ 35% ਕਟੌਤੀ ਕੀਤੀ ਗਈ ਹੈ, 35% ਘੱਟ ਕਰ ਦਿੱਤੇ ਗਏ ਨੇ ਸਟੂਡੈਂਟ ਵੀਜ਼ਾ, ਤਾਂ ਅਗਲੇ ਸਾਲ 2025 ਦੇ ਵਿੱਚ ਇਹ 10% ਹੋਰ ਵੱਧ ਜਾਏਗਾ, ਯਾਨੀ ਕਿ 45% ਸਟੂਡੈਂਟ ਵੀਜ਼ਾ ਘਟਾ ਦਿੱਤੇ ਜਾਣਗੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਕੀਤੀ ਹੈ ਤੇ ਇਸ ਦੀ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਅਸੀਂ ਇਸ ਸਾਲ 35% ਘੱਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਪੇਸ਼ਕਸ਼ ਕਰ ਰਹੇ ਹਾਂ ਤੇ ਅਗਲੇ ਸਾਲ ਇਹ ਸੰਖਿਆ 10% ਹੋਰ, ਯਾਨੀ 45% ਘੱਟ ਜਾਏਗੀ। ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ, ਪਰ ਜਦੋਂ ਮਾੜੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਤਾਂ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਨੇ, ਤਾਂ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਤੇ ਇਸੇ ਦਾ ਇਹ ਹਿੱਸਾ ਹੈ ਜੋ ਸਟੂਡੈਂਟ ਵੀਜ਼ਾ ਦੇ ਵਿੱਚ ਕਟੌਤੀ ਕੀਤੀ ਗਈ ਹੈ, 35% ਸਟੂਡੈਂਟ ਵੀਜ਼ਾ ਘਟਾ ਦਿੱਤੇ ਗਏ ਨੇ। ਦੱਸ ਦੇ ਇਸ ਤੋਂ ਪਹਿਲਾਂ ਵੀ ਕੈਨੇਡਾ ਦੀ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਸਟੂਡੈਂਟਸ ਲਈ ਨਿਯਮ ਬਦਲੇ ਗਏ ਨੇ, ਕਈ ਹੋਰ ਵੀ ਤਬਦੀਲੀਆਂ ਆਈਆਂ ਨੇ, ਕਈ ਵਾਰ ਅਜਿਹਾ ਝਟਕਾ ਦਿੱਤਾ ਹੈ ਜਿੱਥੇ ਸਟੂਡੈਂਟਸ ਦਾ ਜਾਣਾ ਔਖਾ ਹੋ ਜਾਂਦਾ ਹੈ, ਤਾਂ ਹੁਣ ਇੱਕ ਵਾਰ ਫਿਰ ਤੋਂ ਮੁਸ਼ਕਲ ਵੱਧ ਗਈ ਹੈ, ਕਿਉਂਕਿ ਜੋ ਇੱਥੇ ਆਪਣੇ ਪੰਜਾਬ ਤੋਂ ਲੈ ਕੇ ਹੋਰ ਵੀ ਭਾਰਤ ਦੇ ਵੱਖ ਵੱਖ ਕੋਨਿਆਂ ਤੋਂ ਜੋ ਕੈਨੇਡਾ ਦੇ ਵਿੱਚ ਸਟੱਡੀ ਲਈ ਜਾਂਦੇ ਨੇ, ਤਾਂ ਉਹਨਾਂ ਲਈ ਇਹ ਮੁਸ਼ਕਿਲ ਹੈ ਕਿ ਕਿਸੇ ਨੂੰ ਵੀਜ਼ਾ ਮਿਲੇਗਾ ਕਿਸੇ ਨੂੰ ਨਹੀਂ, ਕਿਉਂਕਿ ਇੱਥੇ ਹੁਣ ਵੀਜ਼ਾ ਦੀ ਪਰਸੈਂਟੇਜ ਹੀ ਘਟਾ ਦਿੱਤੀ ਗਈ ਹੈ। ਸਟੂਡੈਂਟ ਵੀਜ਼ਾ ਜੋ ਹੈ 35% ਤੱਕ ਘਟਾ ਦਿੱਤਾ ਗਿਆ ਹੈ ਤੇ ਅਗਲੇ ਸਾਲ ਇਹ ਹੋਰ ਵੱਧ ਜਾਏਗਾ, ਯਾਨੀ 45% ਹੋਰ ਘਟਾ ਦਿੱਤਾ ਜਾਏਗਾ।